एक्सक्यूज मी सर। हां जी सर, मैं काफी देर तो देख रहा हूं ਤੁਸੀਂ ਖਾਈ ਜਾ ਰਹੇ ਖਾਈ ਜਾ ਰਹੇ ਲਿਆਂਦਾ ਲੈਂਦਾ ਥੱਕ ਗਿਆ ਤੁਸੀਂ ਖਾਂਦੇ ਖਾਂਦੇ ਨਹੀਂ ਥੱਕੇ ਬੇਟਾ ਇਹਦੇ ਚ ਕਸੂਰ ਤੁਹਾਡੇ ਹੋਟਲ ਦਾ ਹੈ ਕਿਉਂ ਸਰ ਤੁਹਾਨੂੰ ਖਾਣਾ ਸਵਾਦ ਨਹੀਂ ਲੱਗਾ ਬੇਟਾ ਖਾਣਾ ਤਾਂ ਬਹੁਤ ਸਵਾਦ ਹੈ ਚਲੋ ਮੰਨ ਲਿਆ ਖਾਣਾ ਤੁਹਾਨੂੰ ਸਵਾਦ ਲੱਗਾ ਪਰ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਖਾਈ ਜਾਣਾ ਬੇਟਾ ਇਹਦੇ ਚ ਵੀ ਕਸੂਰ ਤੁਹਾਡੇ ਹੋਟਲ ਦਾ ਹੀ ਹੈ ਕੀ ਸਰ ਦੇਖੋ ਬੇਟਾ ਤੁਸੀਂ ਹੋਟਲ ਦੇ ਬਾਹਰ ਲਿਖ ਕੇ ਲਾਇਆ ਵੀ ਬ੍ਰੇਕਫਾਸਟ ਦਾ ਟਾਈਮ 10 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਬੇਟਾ ਤੂੰ ਬੜੀ ਜਲਦੀ ਕਾਲਾ ਪੈ ਗਿਆ ਹਲੇ ਤਾਂ 11 ਵਜੇ ਹੈ